ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮ ਚੱਲ ਰਿਹਾ, ਉਹਨਾਂ ਬਾਰੇ ਥੋੜ੍ਹੀ ਦੱਸੋ। ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਰੰਭ ਕੀਤੀ ਗਈ ਹੈ ਪੂਰੇ ਭਾਰਤ ਭਰ ਦੇ ਅੰਦਰ, ਖਾਸ ਕਰਕੇ ਉਹਨਾਂ ਸਥਾਨਾਂ ਦੇ ਉੱਤੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਹੈ, ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਇਹ ਸਾਰੇ ਸਮਾਗਮ ਹੋ ਰਹੇ ਨੇ, ਔਰ ਸਥਾਨਕ ਸੰਗਤਾਂ ਜਿਹੜੀਆਂ ਨੇ ਇਹਨਾਂ ਸਮਾਗਮਾਂ ਲਈ ਬਹੁਤ ਸਹਿਯੋਗ ਕਰ ਰਹੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਸਾਮ, ਯੂਪੀ ਅਤੇ ਗੁਜਰਾਤ, ਸਾਊਥ ਦੇ ਵਿੱਚ ਸਾਰੇ ਸਮਾਗਮ ਹੋਣੇ ਨੇ, ਔਰ ਇੱਧਰ ਪੂਰਬੀ ਜਿਹੜੇ ਰਾਜ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਨੇ, ਚਾਹੇ ਉਹ ਚੁੰਗਥੰਗ ਹੈ ਚਾਹੇ ਉਹ ਨੇਪਾਲ ਹੈ, ਇਹਨਾਂ ਇਲਾਕਿਆਂ ਦੇ ਵਿੱਚ ਵੀ ਗੁਰਮਤਿ ਸਮਾਗਮ ਜਿਹੜੇ ਨੇ ਉਹ ਕੀਤੇ ਜਾਣ ਦੀ ਜਿਹੜੀ ਵਿਉਂਤਬੰਦੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਉਲੀਕੀ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਹੋ ਰਹੇ ਨੇ ਧਾਰਮਿਕ, ਉਹਨਾਂ 'ਚ ਸੰਗਤਾਂ ਦਾ ਸਹਿਯੋਗ ਜਿਹੜਾ ਹੈ ਉਹ ਉਮੀਦ ਤੋਂ ਬਹੁਤ ਜ਼ਿਆਦਾ ਵੱਧ ਜਿਹੜਾ ਹੈ ਉਹ ਦੇਖਣ ਨੂੰ ਆ ਲਿਆ। ਬਿਦਰ ਸਮਾਗਮ ਆਇਆ, 500 ਕਿਲੋਮੀਟਰ ਤੋਂ ਸੰਗਤਾਂ ਜਿਹੜੀਆਂ ਨੇ ਆਪਣੀਆਂ ਬੱਸਾਂ ਟ੍ਰੇਨਾਂ ਦੇ ਰਾਹੀਂ ਜਿਹੜੀਆਂ ਉਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਈਆਂ। ਇਸੇ ਤਰ੍ਹਾਂ ਬੜੌਦਾ ਦੇ ਵਿੱਚ ਸਮਾਗਮ ਹੋਇਆ, ਕੱਲ੍ਹ ਬੜੌਦਾ ਦੇ ਵਿੱਚ ਸਮਾਗਮ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਅਸਥਾਨ ਹੈ ਗੁਰਦੁਆਰਾ ਨਾਨਕ ਬਾੜੀ ਸਾਹਿਬ, ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਮੁਬਾਰਕ ਚਰਨ ਪਾਏ, ਉੱਥੇ ਵੀ ਸੰਗਤਾਂ ਜਿਹੜੀਆਂ 200 ਕਿਲੋਮੀਟਰ ਤੋਂ ਪਹੁੰਚੀਆਂ, ਅਤੇ ਪੰਜਾਬ ਤੋਂ ਬਾਹਰ ਜਿਹੜਾ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਦੀ ਸ਼ਮੂਲੀਅਤ ਜਿਹੜੀ ਹੈ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦਰਸਾਉਂਦੀ ਹੈ ਕਿ ਸੰਗਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅਤੇ ਬਾਣੀ ਬਾਰੇ ਸਮਝ ਜਿਹੜਾ ਉਹ ਸਮਝਣਾ ਚਾਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਦੀ ਬਾਣੀ ਬਾਣੀ ਨਾਲ ਜੁੜਨਾ ਚਾਹੁੰਦੀਆਂ ਨੇ। ਤੋਂ ਬਾਹਰ ਜਿਹੜੇ ਸਮਾਗਮ ਹੋ ਰਹੇ ਹੈ ਇਹ ਰਸਮੀ ਸਮਾਗਮ ਨਹੀਂ ਹੋ ਰਹੇ, ਔਰ ਇਹਨਾਂ ਦੀ ਆਊਟਪੁੱਟ ਜਿਹੜੀ ਹੈ ਉਹ ਬਹੁਤ ਅੱਛੀ ਸਾਨੂੰ ਮਿਲ ਰਹੀ ਹੈ ਕਿ ਸੰਗਤਾਂ ਜਿਹੜੀਆਂ ਨੇ ਉਹ ਉਤਸ਼ਾਹ ਦੇ ਨਾਲ ਸ਼ਾਮਿਲ ਹੋਣ ਵਾਸਤੇ ਆ ਰਹੀਆਂ ਨੇ। ਕੋਈ ਉਹਨਾਂ ਵਾਸਤੇ ਗੱਡੀਆਂ ਦਾ ਪ੍ਰਬੰਧ ਨਹੀਂ, ਕੋਈ ਉਹਨਾਂ ਵਾਸਤੇ ਬੱਸਾਂ ਦਾ ਪ੍ਰਬੰਧ ਨਹੀਂ, ਖੁਦ ਜਿਹੜਾ ਹੈ ਆਪ ਮੁਹਾਰੇ ਸੰਗਤਾਂ ਆਪਣੇ ਖਰਚਿਆਂ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਸਮਾਗਮ ਦੇ ਵਿੱਚ ਪੁੱਜ ਰਹੀਆਂ ਨੇ, ਤਾਂ ਇਹ ਇੱਕ ਕਿਸਮ ਦਾ ਸ਼ੁਭ ਸੰਕੇਤ ਹੈ ਕਿ ਕਿਤੇ ਨਾ ਕਿਤੇ। ਔਰ ਸਭ ਤੋਂ ਵੱਡੀ ਗੱਲ ਕਿ ਗੈਰ ਸਿੱਖ ਇਹਨਾਂ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਨੇ। ਇਹਦਾ ਮਤਲਬ ਹੈਗਾ ਕਿ ਸਾਡੇ ਪ੍ਰਚਾਰ ਦੇ ਵਿੱਚ ਕੋਈ ਕਮੀ ਸੀਗੀ? ਨਹੀਂ, ਮੈਂ ਨਹੀਂ ਸਮਝਦਾ ਪ੍ਰਚਾਰ 'ਚ ਕਮੀ ਸੀ, ਲੇਕਿਨ ਹੁਣ ਗੈਰ ਸਿੱਖਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਜਾਣਨ ਦੀ ਜਿਹੜੀ ਉਤਸੁਕਤਾ ਬਾਹਰਲੀਆਂ ਸਟੇਟਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ, ਇਹ ਬਹੁਤ ਹੀ ਜਿਹੜਾ ਹੈ ਇੱਕ ਚੰਗਾ ਸੰਕੇਤ ਹੈ। ਸਰਕਾਰਾਂ ਕਿਸ ਤਰ੍ਹਾਂ ਦਾ ਸਹਿਯੋਗ ਕਰਨ ਦੀਆਂ ਜੀ ਉਹਦੇ 'ਚ? ਫਿਲਹਾਲ ਤਾਂ ਸਰਕਾਰ ਵੱਲੋਂ ਜਿਹੜਾ ਹੈ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਸਾਡੇ ਧਿਆਨ 'ਚ ਨਹੀਂ ਆਈ, ਲੇਕਿਨ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਰਕਾਰ ਨੂੰ ਇੱਕ ਚਿੱਠੀ ਜ਼ਰੂਰ ਲਿਖੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਅਤੇ ਉਹਦੇ 'ਚ ਇਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਸ਼ਤਾਬਦੀ ਆ ਰਹੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਏਕਤਾ ਦਾ ਜਿਹੜਾ ਹੈ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਦਿੱਤਾ, ਇੱਕ ਸੂਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਨੂੰ ਪਰਾਉਣ ਦਾ ਯਤਨ ਕੀਤਾ, ਅਤੇ ਘੱਟੋ ਘੱਟ ਅਸੀਂ ਸ਼ਤਾਬਦੀ ਸਮਾਗਮ ਜਿਹੜੇ ਹੈ ਉਹ ਸਾਰੇ ਰਲ ਮਿਲ ਕੇ ਇੱਕ ਸਟੇਜ ਦੇ ਉੱਤੇ ਸਾਂਝੇ ਰੂਪ ਦੇ ਵਿੱਚ ਮਨਾਈਏ, ਤਾਂ ਕਿ ਵਿਸ਼ਵ ਦੇ ਵਿੱਚ ਚੰਗਾ ਸੁਨੇਹਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਬਾਰੇ ਅਤੇ ਸਿੱਖਾਂ ਬਾਰੇ ਜਾਵੇ। ਸਿੰਘ ਸਾਹਿਬ, ਇੱਕ ਫੈਸਲਾ ਹੋਇਆ ਸੀ ਕਿ ਪਾਕਿਸਤਾਨ ਸਰਕਾਰ ਦੇ ਨਾਲ ਵੀ ਸਾਡਾ ਪੂਰਾ ਲਾਇਜਨ ਹੋਏਗਾ, ਲੇਕਿਨ ਉਹਦੇ ਲਈ ਕਮੇਟੀ ਵੀ ਬਣੀ, ਉੱਚ ਪੱਧਰੀ ਕਮੇਟੀ ਬਣੀ ਕਿ ਸਾਬਕਾ ਪ੍ਰਧਾਨ ਸਾਹਿਬ ਸ਼ਾਮਿਲ ਹੋਣਗੇ, ਲੇਕਿਨ ਜਿੱਦਣ ਪਾਕਿਸਤਾਨ ਟੀਮ ਗਈ, ਉਹ ਟੀਮ ਗਵਰਨਰ ਪੰਜਾਬ ਲਾਹੌਰ ਨਾਲ ਮੁਲਾਕਾਤ ਕਰਕੇ ਆਈ, ਲੇਕਿਨ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਕੋਈ ਅਧਿਕਾਰਿਤ ਤੌਰ 'ਤੇ ਨਾ ਜਾਣ ਲੱਗੀ ਟੀਮ ਦਾ ਦੱਸਿਆ ਵੀ ਜਾ ਰਹੀ ਹੈ, ਨਾ ਆਉਣ ਲੱਗੀ ਦਾ ਦੱਸਿਆ, ਨਾ ਉੱਥੇ ਕੀ ਗੱਲਬਾਤ ਹੋਈ ਉਹਦੇ ਬਾਰੇ? ਇਹਦੇ ਬਾਰੇ ਮੈਨੂੰ ਵੀ ਜਾਣਕਾਰੀ ਨਹੀਂ ਹੈ, ਪਤਾ ਕਰਾਂਗੇ ਕਿ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਜਿਹੜੀ ਹੈ ਜਾਂ ਪਾਕਿਸਤਾਨ ਦੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦੀਆਂ ਨੇ ਨਨਕਾਣਾ ਸਾਹਿਬ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਵੀ ਸਹਿਯੋਗ ਦੇਣ। ਸਿੰਘ ਸਾਹਿਬ, ਗਿਆਨੀ ਇਕਬਾਲ ਕੁਕੀ ਤੇ ਹੋ ਗਿਆ, ਜਿਹੜੀ ਲਿਖਤ ਆ ਜਾਂਦੀ ਹੈ ਉਹ ਸਦੀਆਂ ਕੰਮ ਆਉਂਦੀ ਹੈ। ਜਿਹੜੀ ਮੇਰੀ ਜਾਤੀ ਜਾਣਕਾਰੀ ਦੇ ਮੁਤਾਬਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਲਗਭਗ ਤਕਰੀਬਨ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪਵਾਈ ਜਾ ਰਹੀ ਹੈ,
ਉਹਦਾ ਟਰਾਂਸਲੇਸ਼ਨ ਜਿਹੜਾ ਹੈ ਛੁਪਵਾਇਆ ਜਾ ਰਿਹਾ, ਖਾਸ ਤੌਰ ਦੇ ਉੱਤੇ ਜਪਜੀ ਸਾਹਿਬ ਜਿਹੜਾ ਹੈ ਉਹ ਛੁਪਵਾਇਆ ਜਾ ਰਿਹਾ। ਇਹ ਜਾਤੀ ਜਾਣਕਾਰੀ ਜਿਹੜੀ ਹੈ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਹੋਈ, ਔਰ ਬਹੁਤ ਅੱਛਾ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਹੈ ਕਿ ਜਿਹੜਾ ਹੈਗਾ ਧਾਰਮਿਕ ਲਿਟਰੇਚਰ ਜਿਹੜਾ ਹੈ ਉਹ ਛੁਪਵਾਇਆ ਜਾ ਰਿਹਾ। ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਇੱਕ ਸੰਖੇਪ ਕਿਤਾਬ ਜਿਹੜਾ ਉਹ ਛਾਪ ਕੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਦਰਸ਼ਨ ਕਰਨ ਆਉਂਦੀ ਹੈ, ਭਾਰਤ ਭਰ ਦੇ ਵੱਖਰੇ ਵੱਖਰੇ ਸੂਬਿਆਂ ਤੋਂ ਆਉਂਦੀ ਹੈ, ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਹੈ, ਅਤੇ ਉਹਨਾਂ ਨੂੰ ਵੀ ਜਿਹੜਾ ਹੈ ਇਹ ਕਿਤਾਬਚਾ ਵੰਡਿਆ ਜਾਏ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ, ਫਲਸਫੇ ਬਾਰੇ ਇਹ ਸੰਗਤਾਂ ਜਿਹੜੀਆਂ ਨੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਣ। ਇਸ ਸ਼ਤਾਬਦੀ ਦੇ ਮੁੱਕ ਕੇ ਜਿਹੜੇ ਕੋਈ ਪਤਿਤ ਹੋ ਚੁੱਕੇ ਨੇ ਬੱਚੇ, ਉਹਨਾਂ ਨੂੰ ਵਾਪਸੀ ਸਿੱਖੀ ਸਰੂਪ 'ਚ ਲਿਆਉਣ ਦੇ ਲਈ ਕੋਈ ਯਤਨ ਕੀ? ਇਹਦੇ ਲਈ ਅਸੀਂ ਸੰਵਾਦ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਹੈ। ਨੌਜਵਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ, ਉਹਨਾਂ ਦੀ ਅਸੀਂ ਡਿਊਟੀ ਲਾਈ ਹੈ ਕਿ ਉਹ ਜਿਹੜੇ ਪਤਿਤ ਸਾਡੇ ਨੌਜਵਾਨ ਨੇ ਉਹਨਾਂ ਦੇ ਨਾਲ ਸੰਪਰਕ ਕਰਨ, ਉਹਨਾਂ ਪਰਿਵਾਰਾਂ ਦੇ ਨਾਲ ਸੰਪਰਕ ਕਰਨ, ਜਿੱਥੇ ਕਿਤੇ ਲੋੜ ਪਈ ਅਸੀਂ ਵੀ ਉਹਨਾਂ ਪਰਿਵਾਰਾਂ ਦੇ ਵਿੱਚ ਜਾਵਾਂਗੇ ਜਿਹੜੇ ਪਰਿਵਾਰ ਜਿਹੜੇ ਨੇ ਮੁੱਖ ਧਾਰਾ ਦੇ ਨਾਲ ਟੁੱਟ ਚੁੱਕੇ ਨੇ। ਅਤੇ ਸਾਡਾ ਯਤਨ ਇਹ ਹੈ ਕਿ ਇਸ 550 ਸਾਲਾਂ ਦੇ ਮੌਕੇ ਦੇ ਉੱਤੇ ਅਸੀਂ ਵੱਧ ਤੋਂ ਵੱਧ ਜਿਹੜੇ ਬੇਮੁੱਖ ਹੋ ਚੁੱਕੇ ਨੇ, ਸਾਡੇ ਪਤਿਤ ਹੋ ਚੁੱਕੇ ਨੇ ਨੌਜਵਾਨ ਪਰਿਵਾਰ, ਉਹਨਾਂ ਨੂੰ ਵੀ ਜਿਹੜਾ ਹੈ ਮੁੜ ਸਿੱਖੀ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾਏ, ਤਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਸ਼ਤਾਬਦੀ ਜਿਹੜੀ ਹੈ ਅਸੀਂ ਮਨਾਉਣ ਜਾ ਰਹੇ ਹਾਂ, ਅਤੇ ਇਸ ਮੌਕੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਜੁੜ ਸਕੀਏ। ਸਿੰਘ ਸਾਹਿਬ ਜੀ ਨੇ 15 ਦਿਨ ਬਾਅਦ ਰਿਪੋਰਟ ਦੇਣੀ ਸੀ, ਉਹਦੀ ਰਿਪੋਰਟ ਕਿਉਂਕਿ ਹੁਣ 15 ਦਿਨ ਅਜੇ ਆਈ ਨਹੀਂ ਰਿਪੋਰਟ, ਉਹਨਾਂ ਨੇ ਸਮਾਂ ਮੰਗਿਆ ਹੈਗਾ, ਉਹਦੇ 'ਤੇ ਵਿਚਾਰ ਕਰਕੇ ਫਿਰ ਦੇਖਦੇ ਹਾਂ ਜੀ। ਕਦੋਂ ਤੱਕ ਉਹਨਾਂ ਨੇ ਕਿੰਨਾ ਕੁ ਸਮਾਂ ਮੰਗਿਆ? ਕੋਈ ਨਹੀਂ, ਅਜੇ ਦੇਖਦੇ, ਉਹਨਾਂ ਨੇ ਕਿਹਾ ਸਾਨੂੰ ਕੁਛ ਵਕਤ ਦਿੱਤਾ ਜਾਵੇ। ਸਿੰਘ ਸਾਹਿਬ ਇੱਕ ਜਿਹੜਾ ਕਿ ਹੋਲੇ ਮਹੱਲੇ ਦੇ ਪੁਰਬ ਦੇ ਉੱਤੇ ਜਿਸ ਤਰ੍ਹਾਂ ਉੱਥੇ ਰੰਗ ਸੁੱਟਣ ਦਾ ਜਿਹੜਾ ਇੱਕ ਨਵੀਂ ਸਾਹਮਣੇ ਚੀਜ਼ ਆਈ, ਪਰੰਪਰਾ ਆਈ, ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਿਹੰਗ ਸਿੰਘ ਪਹਿਲਾਂ ਨਹੀਂ ਸੀ, ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਹੈ ਅਕਸਰ ਹੀ ਜਿਹੜਾ ਹੈ ਉਹ ਹੋਲਾ ਮਹੱਲਾ ਖੇਡਦੀਆਂ, ਹਜ਼ੂਰ ਸਾਹਿਬ ਵੀ ਖੇਡਿਆ ਜਾਂਦਾ ਹੈ, ਅਤੇ ਉਹ ਇਹਦੇ ਬਾਰੇ ਕੋਈ ਜਿਹੜਾ ਕੋਈ ਖਾਸ ਵੱਡੀ ਗੱਲ ਨਹੀਂ ਹੈ। ਨਹੀਂ, ਨਿਹੰਗ ਸਿੰਘਾਂ ਦੀ ਤਾਂ ਪਰੰਪਰਾ ਹੈ, ਲੇਕਿਨ ਸਾਡੀਆਂ ਜਿਹੜੀਆਂ ਸਥਾਪਿਤ ਟਕਸਾਲਾਂ ਨੇ ਉਹਨਾਂ ਦੀ ਕੋਈ ਮਰਿਆਦਾ ਨਹੀਂ ਸੀ। ਮੇਰੇ ਹੱਥਾਂ 'ਚ ਕਿਤੇ ਰੰਗ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਹੈਗਾ, ਅਤੇ ਉਹ ਫਿਰ ਉਹਨਾਂ ਨੂੰ ਫੋਟੋ ਆਈ ਹੈ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਮੇਰੇ ਹੱਥਾਂ 'ਚ ਨਾ ਰੰਗ ਸੀ, ਨਾ ਅਸੀਂ ਲੈ ਕੇ ਗਏ, ਨਾ ਉੱਥੇ ਪ੍ਰਬੰਧ ਕੀਤਾ, ਨਾ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਕੀਤਾ, ਕੁਛ ਨਹੀਂ।